ਵੋਟ ਦੇ ਫਰਕ ਨਾਲ ਸਰਪੰਚ ਬਣੀ ਬੀਬੀ। 2 ਦਿਨ ਤੱਕ ਚੱਲਦੀ ਰਹੀ ਵੋਟਾਂ ਦੀ ਗਿਣਤੀ। 5 ਵਾਰ ਕਾਊਂਟਿੰਗ ਤੋਂ ਬਾਅਦ ਐਲਾਨਿਆ ਨਤੀਜਾ। ਜਿਹਾਂ ਗਿੱਦੜਬਾਹਾ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਬੀਤੇ ਦਿਨ ਤੋਂ ਹੀ ਕਾਊਂਟਿੰਗ ਲਗਾਤਾਰ ਚੱਲਦੀ ਰਹੀ। 5 ਵਾਰ ਕਾਊਂਟਿੰਗ ਹੋਈ ਤੇ ਉਸ ਤੋਂ ਬਾਅਦ ਜਾ ਕੇ ਨਤੀਜਾ ਐਲਾਨਿਆ ਗਿਆ ਤੇ ਫਰਕ ਆਇਆ ਹੈ ਸਿਰਫ 1 ਵੋਟ ਦਾ। ਮਹਿਜ਼ 1 ਵੋਟ ਦੇ ਫਰਕ ਨਾਲ ਸੁਰਿੰਦਰਪਾਲ ਕੌਰ ਇਸ ਪਿੰਡ ਦੀ ਸਰਪੰਚ ਬਣ ਗਈ ਹੈ। ਦੱਸ ਦੇ ਕਿ ਗਿੱਦੜਬਾਹਾ ਦੇ ਪਿੰਡ ਸੁਖਨਾ ਅਬਲੂ ਦੀ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਬੀਤੇ ਦਿਨ ਤੋਂ ਹੀ ਵੋਟਾਂ ਦੀ ਗਿਣਤੀ ਲਗਾਤਾਰ ਕੀਤੀ ਜਾ ਰਹੀ ਸੀ। ਸਵੇਰ ਤੱਕ ਵੀ ਵੋਟਾਂ ਦੀ ਗਿਣਤੀ ਚੱਲਦੀ ਰਹੀ। ਕਾਰਨ ਇਹ ਸੀ ਕਿਉਂਕਿ ਵਾਰ ਵਾਰ ਇੱਥੇ ਫਰਕ ਆ ਰਿਹਾ ਸੀ ਵੋਟਾਂ ਦੀ ਗਿਣਤੀ ਦੇ ਵਿੱਚ। ਪਹਿਲਾਂ 3 ਵੋਟਾਂ ਦਾ ਫਰਕ ਆਇਆ ਜਿਸ ਕਰਕੇ ਵਾਰ ਵਾਰ ਗਿਣਤੀ ਕਰਨੀ ਪਈ ਤੇ ਫਿਰ ਜਦੋਂ ਨਤੀਜਾ ਐਲਾਨਿਆ ਤਾਂ ਮਹਿਜ਼ 1 ਵੋਟ ਦੇ ਫਰਕ ਨਾਲ ਹੀ ਸੁਰਿੰਦਰਪਾਲ ਕੌਰ ਨੇ ਸਰਪੰਚੀ ਜਿੱਤ ਲਈ ਤੇ ਇਸ ਪਿੰਡ ਦੇ ਸਰਪੰਚ ਬਣ ਗਏ। ਇੱਥੇ ਵੀ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਜਦੋਂ ਨਤੀਜਾ ਨਹੀਂ ਐਲਾਨਿਆ ਗਿਆ, ਰਾਤ ਲੰਘ ਗਈ, ਦਿਨ ਚੜ ਗਿਆ, ਲੋਕਾਂ ਨੇ ਵੀ ਗੁੱਸੇ ਚ ਆ ਕੇ ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ ਲਾ ਲਿਆ ਸੀ। ਜਿਸ ਤੋਂ ਬਾਅਦ 5 ਵਾਰ ਕਾਊਂਟਿੰਗ ਹੋਈ ਹੈ ਤੇ 5 ਵਾਰ ਕਾਊਂਟਿੰਗ ਹੋਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਸੁਰਿੰਦਰਪਾਲ ਕੌਰ ਮਹਿਜ਼ 1 ਵੋਟ ਦੇ ਫਰਕ ਨਾਲ ਜਿੱਤ ਗਏ ਨੇ ਤੇ ਪਿੰਡ ਦੇ ਸਰਪੰਚ ਬਣ ਗਏ ਨੇ। ਜਿਸ ਤੋਂ ਬਾਅਦ ਸੁਰਿੰਦਰਪਾਲ ਕੌਰ ਦੇ ਪਰਿਵਾਰ ਨਾਲ ਵੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਖੱਜਲ ਤਾਂ ਬਹੁਤ ਹੋਏ ਨੇ ਪਰ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੇ ਹੀ ਪਰਿਵਾਰਕ ਮੈਂਬਰ ਨੇ ਸਰਪੰਚੀ ਜਿੱਤੀ ਹੈ ਤੇ ਪਿੰਡ ਦੀ ਕਮਾਨ ਹੁਣ ਉਹਨਾਂ ਦੇ ਹੱਥ ਵਿੱਚ ਹੈ। ਉਧਰ ਸੁਰਿੰਦਰਪਾਲ ਕੌਰ ਨੇ ਵੀ ਭਰੋਸਾ ਦਵਾਇਆ ਹੈ ਕਿ ਉਹ ਪਹਿਲ ਦੇ ਆਧਾਰ ਤੇ ਇਸ ਪਿੰਡ ਦੇ ਵਿਕਾਸ ਕਾਰਜਾਂ ਦਾ ਕੰਮ ਕਰਨਗੇ ਤੇ ਕੋਈ ਵੀ ਕਸਰ ਨਹੀਂ ਛੱਡਣਗੇ। ਨਿਊ ਜਿਹੀ ਟੀਮ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਵੀ ਮੇਰੇ ਪਿੰਡ ਆਏ ਆ। ਕੀ ਕਹੋਗੇ ਵਾਈਫ, ਜੇਤੂ ਰਹੇ ਨੇ 1 ਵੋਟ ਤੇ, ਕਿੰਨੀ ਵਾਰੀ ਅੰਦਰ ਕਾਊਂਟਿੰਗ ਹੋਈ ਔਰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਮਾਹੌਲ ਸੀਗਾ ਅੰਦਰ ਜਿਹੜਾ ਹੈਗਾ? ਮਾਹੌਲ ਤਾਂ ਸੀ ਕਿਹੜਾ ਸੀ ਜੀ, ਮਤਲਬ ਕਿਉਂਕਿ ਬਹੁਤ ਹੀ ਭੈਣਕ ਮਾਹੌਲ ਸੀ, ਮੈਂ ਇਕੱਲਾ ਸੀਗਾ, ਦੂਸਰੇ ਤਣਾਅਪੂਰਨ ਉਹਨਾਂ ਨੇ ਕੈਂਡੀਡੇਟ ਵੱਧਦੇ ਸਾਏ ਸੀਗੇ, ਦੂਸਰੇ ਕੈਂਡੀਡੇਟ ਜ਼ਿਆਦਾ ਸੀਗੇ, ਪਰ ਉਹਨਾਂ ਵਿੱਚੋਂ ਮੈਨੂੰ ਵਿੱਚੋਂ 5-4 ਨੇ ਸਾਥ ਵੀ ਦਿੱਤਾ ਮੇਰਾ ਬਾਅਦ ਦੇ ਵਿੱਚ, ਕਦੋਂ ਉਹਨਾਂ ਦੀ ਕਾਊਂਟਿੰਗ ਹੋਈ, ਪਹਿਲਾਂ ਹਾਰ ਗਏ ਉਹ, ਉਹਨਾਂ ਨੇ ਫਿਰ ਮੇਰਾ ਸਾਥ ਦਿੱਤਾ। ਪਰ ਨਾਲ ਮੈਂ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਦਾ ਕਿਹੜਾ ਉੱਥੇ ਸੀਗਾ, ਉਹਨਾਂ ਨੇ ਵੀ ਕੋਈ ਮਤਲਬ ਧੱਕਾ ਮੁੱਕੀ ਨਹੀਂ ਹੋਣ ਦਿੱਤੀ, ਪਰ ਕਿਹੜੇ ਮੇਰੇ ਵਿਰੋਧੀ ਸੀ ਉਹ ਬਹੁਤ ਜ਼ਿਆਦਾ ਥੋੜ੍ਹਾ ਜਿਹਾ ਰੌਲਾ ਪਾਉਂਦੇ ਸੀਗੇ, ਧੱਕਾ ਮੁੱਕੀ ਨੂੰ ਕਰਦੇ ਸੀ, ਪਰ ਮੈਂ ਪ੍ਰਸ਼ਾਸਨ ਦਾ, ਪੁਲਿਸ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਥ ਦਿੱਤਾ, ਅਤੇ ਪ੍ਰਜੈਟਿੰਗ ਅਫਸਰ ਨੇ ਵੀ ਉਹਨਾਂ ਨੂੰ 3-4 ਵਾਰੀ ਤਸੱਲੀ ਕਰਾ ਕੇ ਫਿਰ ਵੀ ਮੈਨੂੰ ਜੇਤੂ ਕਰਾਰ ਦਿੱਤਾ। ਕਿੰਨੀਆਂ ਵੋਟਾਂ ਦਾ ਜੇਤੂ ਕਰਾਰ ਦਿੱਤਾ ਆਖਰ? ਮੈਨੂੰ ਬਾਅਦ ਵਿੱਚ 1 ਵੋਟ ਤੇ ਮੈਂ ਜੇਤੂ ਹੋਇਆ। ਇੱਕ ਤੁਸੀਂ ਲਗਭਗ 24 ਘੰਟੇ ਹੋ ਗਏ ਹੋਣੇ, ਕਿਉਂਕਿ ਕੱਲ ਸਵੇਰ 7 ਵਜੇ ਦੇ ਅੰਦਰ ਹੋ, ਹਨਾ, ਤੇ ਉਹ 24 ਘੰਟੇ ਜਿਹੜੇ ਹੈਗੇ ਅੰਦਰ, 24 ਤੋਂ ਵੀ ਜ਼ਿਆਦਾ ਹੀ ਹੋ ਗਏ ਜੀ, ਅੱਜ ਵੀ ਸਵੇਰ ਦੇ 9:30-10 ਵਜ ਗਏ ਸੀ ਜਦੋਂ ਅਸੀਂ ਬਾਹਰ ਆਏ। ਓਕੇ, ਹਾਂਜੀ, ਤੇ ਕਿਸ ਤਰ੍ਹਾਂ ਜਿਹੜਾ ਹੈ ਨਾਲ ਮੈਂ ਮੈਡਮਾਂ ਦਾ ਵੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਬੱਚੇ ਛੋਟੇ ਛੋਟੇ ਘਰ ਸੀਗਾ, ਅੱਖਾਂ 'ਚੋਂ ਅੰਜੂ ਸਿੱਟੀ ਜਾਂਦੀਆਂ ਸੀ, ਸਰ ਕਦੋਂ ਸਾਨੂੰ ਵਿਹਲੇ ਕਰੋਗੇ, ਤੇ ਅਸੀਂ ਜਾ ਕੇ ਬੱਚੇ ਵੀ ਆਪਦੇ ਸਾਹਮਣੇ ਆ। ਕਿੰਨੀ ਵਾਰੀ ਗਿਣਤੀ ਹੋਈ ਫਿਰ? ਗਿਣਤੀ 3-4 ਵਾਰੀ ਹੋਈ ਹੈ ਜੀ। 3-4 ਵਾਰੀ ਹੋਈ, ਆਖਰ ਜਿਹੜਾ ਹੈਗਾ 1 ਵੋਟ ਤੇ ਜਿਹੜਾ ਹੈਗਾ ਉਹ ਜਿੱਤੂ। ਹਾਂਜੀ ਹਾਂਜੀ, ਮੈਂ ਕੀ ਕਹੋਗੇ, ਕੀ ਕਹਿਣਾ ਚਾਹੋਗੇ ਜਿੱਤੂ ਹੋਏ ਹੈਗੇ ਹੋ? ਲਗਭਗ ਜਿਹੜਾ ਹੈਗਾ ਪਰਿਵਾਰ ਮੇਰੇ ਖਿਆਲ 'ਚ 24 ਘੰਟਿਆਂ ਤੋਂ ਅੰਦਰ ਸੀਗਾ, ਪ੍ਰੈਜ਼ਾਈਡਿੰਗ ਅਫਸਰ ਉੱਧਰ ਸਾਰੇ, ਹਨਾ, ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਆਪਦੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ, ਬੱਚਿਆਂ ਦਾ, ਮਾਤਾਵਾਂ ਦਾ, ਭੈਣਾਂ ਦਾ, ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਨੂੰ ਜੇਤੂ ਕਰਾਰ ਦਿੱਤਾ ਜੀ। ਆਖਰ ਤੇ ਪਿੰਡ ਲਈ ਕੀ ਕਹਿਣਾ ਚਾਹੋਗੇ? ਬਾਹਰ ਧਰਨਾ ਵੀ ਲੱਗ ਗਿਆ, ਹਨਾ, ਉਹ ਸੁਬਾਹ ਤੋਂ ਧਰਨੇ ਤੇ ਬੈਠ ਗਏ ਲੋਕ, ਕਿ ਇੰਨਾ ਟਾਈਮ ਹੋ ਗਿਆ, ਆਖਰ ਰਿਜ਼ਲਟ ਜਿਹੜਾ, ਕਿੰਨੀ ਟੋਟਲ ਵੋਟ ਕਿੰਨੀ ਹੈ ਪਿੰਡ ਦੀ? ਪਿੰਡ ਦੀ ਟੋਟਲ ਵੋਟ 45,100 ਸਾਡੀ 4600 ਹੈਗੀ ਹੈ ਜੀ। ਓਕੇ, ਹਾਂਜੀ, ਤੇ ਮੈਂ ਤਾਂ ਸਰਪੰਚ ਨਾ, ਮੇਰੀ ਵਾਈਫ ਲੜਕੇ ਰਾਜੀ ਨਹੀਂ ਸੀ, ਤੇ ਨਗਰ ਨੇ ਸਾਨੂੰ ਘਰ ਆ ਕੇ ਇਲੈਕਸ਼ਨ ਲੜਾਇਆ, ਇਸ ਕਰਕੇ ਅਸੀਂ ਇਲੈਕਸ਼ਨ ਲੜੇ ਤੇ ਨਗਰ ਨੇ ਸਾਨੂੰ ਜਿਤਾਇਆ। ਇਹਨਾਂ ਮੇਰੀ ਸਾਡੀ ਜਿੱਤ ਸਾਰੇ ਨਗਰ ਦੀ ਜਿੱਤ ਆ, ਸਾਡੇ ਇਕੱਲਿਆਂ ਦੀ ਜਿੱਤ। ਰਾਸੀ ਸਪੋਰਟ ਸੀ ਕਿਸੇ ਪਾਰਟੀ ਦੀ? ਕਿਸੇ ਪਾਰਟੀ ਨਹੀਂ, ਕਿਸੇ ਪਾਰਟੀ ਦੀ ਜਾਤ ਦੀ ਸੀ, ਅਸੀਂ ਸਾਰੇ ਨਗਰ ਵਾਸੀਆਂ ਦਾ, ਭਰਾਵਾਂ ਦਾ ਸਹਿਯੋਗ ਸੀ। ਬਹੁਤ ਬਹੁਤ ਧੰਨਵਾਦ ਜੀ ਇੱਥੇ ਗਏ। ਓਕੇ, ਦੂਜੇ ਪਾਸੇ ਕੋਈ ਲੱਗਦਾ ਹੋਵੇ ਕਿਸੇ ਰਾਸੀ ਪਾਰਟੀ ਸਪੋਰਟ ਕਰ ਰਹੀ ਸੀ ਤਾਂ ਨਤੀਜੇ ਨਹੀਂ ਆਲੇ ਸੀਗੇ? ਉਹ ਤਾਂ ਪਤਾ ਹੀ ਹੈ ਜੀ, ਪਰ ਸਰਪੰਚੀ ਇਲੈਕਸ਼ਨ 'ਚ ਤਾਂ ਆਪਦਾ ਕਰਕੇ ਲੜਨਾ ਪੈਂਦਾ, ਉਹ ਤਾਂ ਸਾਰੇ ਨਗਰ ਨੂੰ ਵੀ ਪਤਾ ਕਿਹੜੇ ਸਾਥ ਦਿੰਦੇ ਕਿਹੜੇ ਨਹੀਂ ਦਿੰਦੇ ਸੀ, ਹਨਾ ਜੀ, ਤੇ ਸਾਨੂੰ ਕੋਈ ਕਿਸੇ ਦੀ ਸਪੋਰਟ ਨਹੀਂ ਸੀ, ਸਾਨੂੰ ਤਾਂ ਨਗਰ ਦੀ ਸਪੋਰਟ ਸੀ, ਨਗਰ ਦੇ ਸਿਰ 'ਤੇ ਅਸੀਂ ਸਰਪੰਚ ਬਣੇ।